नमस्कार जी, मैं हाँ तुहाडा अपना बलविंदर हाली ते तुसी देख रहे हो पंजाब डेयरी। देश विदेश के दर्शकों का स्वागत करते हैं ते शुरू करते हैं आज का प्रोग्राम। पहला चोणवीआं खबरां। इंसाफ लई 34 वरियां दी उड़ीक, सज्जन कुमार नूं उम्र कैद। जज साहिबान ने आख्या सिखां दीआं हत्यावां मनुखता खिलाफ अपराध। सज्जन नूं फांसी दी सजा दिवाउण लई सुप्रीम कोर्ट जाएगी दिल्ली कमेटी। फैसले नाल थोड़ी राहत पर जंग जारी रखणगे दंगा पीड़ित। फैसले दे खिलाफ सुप्रीम कोर्ट जाएगा सज्जन कुमार। सिटी सेंटर मामला, पंजाब सरकार नूं जवाब दाखल करन लई आखिरी मौका। डेमोक्रेटिक अलायंस विच मतभेद उभरे, डॉक्टर गांधी नूं सलाह लए बिना मते पास कराउण ते उन्हां इतराज प्रगट कीता। खैरा ने आख्या अलायंस पूरी तरह एकजुट। जहेदर वल्लों पंचायतां सर्वसम्मति नाल बनाउण दी अपील। हुण खबरां दी विस्थार। अगर साडा इह चैनल तुसीं अजे तक सबसक्राइब नहीं कीता है तां इस नूं तुरंत स्क्रीन दे दिखाए अनुसार सबसक्राइब कर लो ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਨ ਸਾਰ ਹੀ ਤੜਕਣ ਲੱਗ ਪਿਆ। ਮੈਂਬਰ ਪਾਰਲੀਮੈਂਟ ਤੇ ਪੰਜਾਬ ਮੰਚ ਦੇ ਆਗੂ ਡਾਕਟਰ ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਧਰਮ ਬਾਰੇ ਪੇਸ਼ ਕੀਤੇ ਮੁੱਦੇ ਬਿਨਾਂ ਸਲਾਹ ਲਏ ਪਾਸ ਕਰਵਾ ਲਏ। ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਖਾਤੇ ਤੇ ਲਿਖਿਆ ਕਿ ਪੰਜਾਬੀ ਏਕਤਾ ਦੇ ਨਾਅਰੇ ਨੂੰ ਲੈ ਕੇ ਇਨਸਾਫ ਮਾਰਚ ਦੀ ਰੈਲੀ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਨਾ ਪੰਜਾਬ ਲਈ ਸ਼ੁਭ ਸਗਨ ਹੈ, ਪਰ ਸੁਖਪਾਲ ਖਹਿਰਾ ਵੱਲੋਂ ਬਿਨਾਂ ਸਲਾਹ ਲਏ ਸਟੇਜ ਤੋਂ ਪਾਸ ਕਰਵਾਏ ਗਏ ਮਤਿਆਂ ਤੇ ਉਨ੍ਹਾਂ ਨੂੰ ਇਤਰਾਜ਼ ਹੈ। ਇਨ੍ਹਾਂ ਮਤਿਆਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਕਰੇ ਕੌਮ ਦਾ ਖਿਤਾਬ ਵਾਪਸ ਕਰਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਦਖਲ ਤੋਂ ਮੁਕਤ ਕਰਾਉਣਾ ਆਦਿ ਸ਼ਾਮਲ ਸੀ। ਗਾਂਧੀ ਨੇ ਆਖਿਆ ਕਿ ਪੰਜਾਬ ਮੰਚ PDA ਨੂੰ ਧਾਰਮਿਕ ਮਾਮਲਿਆਂ ਤੇ ਸੰਸਥਾਵਾਂ ਵਿੱਚ ਸਿਆਸੀ ਦਖਲ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹੈ। ਗਾਂਧੀ ਨੇ ਆਖਿਆ ਕਿ ਜਦੋਂ ਸਾਂਝਾ ਮੁਹਾਜ ਬਣਦਾ ਤਾਂ ਸਾਰਿਆਂ ਦੀ ਸਹਿਮਤੀ ਹੋਣੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਧਾਰਮਿਕ ਮਸਲੇ ਬਾਰੇ ਸਿੱਖ ਬੁੱਧੀਜੀਵੀ ਅਤੇ ਇਤਿਹਾਸਕਾਰ ਹੀ ਸਹੀ ਸਲਾਹ ਦੇ ਸਕਦੇ ਹਨ, ਨਾ ਕਿ ਸਿਆਸੀ ਪਾਰਟੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਨਗੇ। ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਡਾਕਟਰ ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ, ਕੋਈ ਗਿਲਾ ਸ਼ਿਕਵਾ ਨਹੀਂ। ਉਨ੍ਹਾਂ ਆਖਿਆ ਕਿ ਚੋਣ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਤੇ ਨਾ ਹੀ ਧਰਮ ਵਿੱਚ ਦਖਲ ਦੇਣ ਦੀ ਗੱਲ ਹੈ। ਉਨ੍ਹਾਂ ਆਖਿਆ ਕਿ ਬਰਗਾੜੀ ਮਾਮਲੇ ਬਾਰੇ ਵੀ ਕੋਈ ਮੋਰਚਾ ਨਹੀਂ ਲਾਇਆ ਜਾਏਗਾ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਈ ਸੁਖਪਾਲ ਖਹਿਰਾ ਦਾ ਇਨਸਾਫ ਮਾਰਚ ਫੇਲ ਹੋਇਆ। ਉਨ੍ਹਾਂ ਆਖਿਆ ਕਿ ਖਹਿਰਾ ਨੇ ਪਹਿਲਾਂ ਬਰਗਾੜੀ ਲੱਗੇ ਧਰਨੇ ਨੂੰ ਹਾਈਜੈਕ ਕਰਨ ਦਾ ਯਤਨ ਕੀਤਾ, ਉੱਥੇ ਗੱਲ ਨਾ ਬਣਨ ਤੋਂ ਬਾਅਦ ਇਨਸਾਫ ਮਾਰਚ ਕੱਢਿਆ, ਪਰ ਲੋਕਾਂ ਨੇ ਜ਼ਿਆਦਾ ਸਮਰਥਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਤੀਤ ਵਿੱਚ ਪਹਿਲਾਂ ਵੀ ਬਹੁਤ ਫਰੰਟ ਬਣਦੇ ਆ, ਪਰ ਲੋਕਾਂ ਨੇ ਤੀਜੇ ਬਦਲ ਵਜੋਂ ਸਿਰਫ ਆਮ ਆਦਮੀ ਪਾਰਟੀ ਨੂੰ ਸਵੀਕਾਰ ਕੀਤਾ। ਉਧਰ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਪੈਂਦੇ ਹਲਕੇ ਦੇ ਆਗੂਆਂ ਨੂੰ ਵੱਖਰੇ ਵੱਖਰੇ ਤੌਰ ਤੇ ਮਿਲ ਰਹੇ ਸਨ ਤੇ ਹਲਕੇ ਦੀ ਆਪਸੀ ਧੜੇਬੰਦੀ ਉੱਭਰ ਕੇ ਸਾਹਮਣੇ ਆ ਗਈ ਜਦੋਂ ਅਕਾਲੀ ਵਰਕਰ ਇੱਕ ਦੂਜੇ ਨੂੰ ਖਰੀਆਂ ਖਰੀਆਂ ਸੁਣਾਉਣ ਲੱਗੇ। ਇਸ ਮੌਕੇ ਉਹਨਾਂ ਅਕਾਲੀ ਦਲ ਦੀ ਸਰਕਾਰ ਸਮੇਂ ਉਹਨਾਂ ਦੀ ਪੁੱਛ ਪ੍ਰਤੀਤ ਨਾ ਹੋਣ ਦੇ ਰੋਣੇ ਵੀ ਰੋਏ। 1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ 34 ਸਾਲ ਬਾਅਦ ਦੋਸ਼ੀ ਠਹਿਰਾਇਆ ਤੇ ਉਮਰ ਕੈਦ ਮਿਲੀ ਹੈ ਜੋ ਜ਼ਿੰਦਗੀ ਭਰ ਭੁਗਤਣੀ ਹੋਏਗੀ। ਇਸ ਕੇਸ ਵਿੱਚ ਹੇਠਲੀ ਅਦਾਲਤ ਨੇ 30 ਅਪ੍ਰੈਲ 2013 ਨੂੰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਫੈਸਲੇ ਦੇ ਖਿਲਾਫ CBI ਨੇ ਹਾਈਕੋਰਟ ਵਿੱਚ ਅਪੀਲ ਕੀਤੀ, ਜਿਸ ਤੇ ਕੱਲ ਫੈਸਲਾ ਆਇਆ। CBI ਨੇ ਸ਼ੱਕ ਨੂੰ ਪਾਸੇ ਕਰਦਿਆਂ ਆਖਿਆ ਕਿ ਸੱਜਣ ਕੁਮਾਰ ਨੇ ਕਤਲੇਆਮ ਕਰਵਾਇਆ ਸੀ। ਉਹਨਾਂ ਨੇ ਭੀੜ ਨੂੰ ਉਕਸਾਇਆ ਸੀ ਕਿ ਸਿੱਖਾਂ ਦੇ ਕਤਲ ਕੀਤੇ ਜਾਣ ਤੇ ਸਰਗਰਮ ਹਿੱਸੇਦਾਰੀ ਨਿਭਾਈ ਸੀ। ਅਦਾਲਤ ਨੇ ਸੱਜਣ ਨੂੰ 31 ਦਸੰਬਰ ਤੋਂ ਪਹਿਲਾਂ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ। 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਦੀ 34 ਸਾਲਾਂ ਤੋਂ ਪੈਰਵੀ ਕਰਨ ਵਾਲੀ 80 ਸਾਲ ਦੀ ਜਗਦੀਸ਼ ਕੌਰ ਦੇ ਫੈਸਲੇ ਤੋਂ ਬਾਅਦ ਭਾਵਕ ਹੁੰਦਿਆਂ ਉਹਨਾਂ ਆਖਿਆ ਕਿ ਅੱਜ ਵੀ ਦਿੱਲੀ ਆਉਂਦਿਆਂ ਉਹਨਾਂ ਨੂੰ ਡਰ ਲੱਗਦਾ। ਕਤਲੇਆਮ ਨੂੰ ਯਾਦ ਕਰਦਿਆਂ ਜਗਦੀਸ਼ ਨੇ ਦੱਸਿਆ ਕਿ ਉਸ ਦਿਨ ਦੁਪਹਿਰ 1 ਵਜੇ ਸਨ, ਦਿੱਲੀ ਅੱਗ ਵਿੱਚ ਸੜ ਰਹੀ ਸੀ। ਉਹ ਅਤੇ ਉਸ ਦੇ ਪਤੀ ਅਤੇ ਬੇਟਾ ਘਰ ਵਿੱਚ ਲੁੱਕ ਕੇ ਬੈਠੇ ਸਨ। ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਗੁੰਡਾਗਰਦੀ ਕਾਰਨ ਭੀੜ ਅੰਦਰ ਆ ਗਈ। ਉਹਨਾਂ ਦੇ 18 ਸਾਲਾਂ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਪਹਿਲਾਂ ਮਾਰਿਆ, ਫਿਰ ਅੱਗ ਲਾ ਦਿੱਤੀ। ਪਤੀ ਕੇਰ ਸਿੰਘ ਤੇ ਤਲਵਾਰਾਂ ਨਾਲ ਹਮਲਾ ਕੀਤਾ, ਫਿਰ ਅੱਗ ਲਾ ਦਿੱਤੀ। ਉਹਨਾਂ ਆਖਿਆ ਕਿ ਉਮਰ ਕੈਦ ਦੀ ਸਜ਼ਾ ਘੱਟ ਹੈ, ਪਤੀ ਅਤੇ ਬੇਟੇ ਦੇ ਕਾਤਲ ਸੱਜਣ ਕੁਮਾਰ ਨੂੰ ਫਾਂਸੀ ਤੇ ਟੰਗਣਾ ਚਾਹੀਦਾ ਸੀ। ਉਹਨਾਂ ਆਖਿਆ ਕਿ ਮੇਰੇ ਸਾਹਮਣੇ ਮੇਰੇ ਘਰ ਵਾਲੇ ਅਤੇ ਮੇਰੇ ਪੁੱਤਰ ਦੀ ਜਾਨ ਲੈ ਲਈ। ਉਹਨਾਂ ਦੇ ਕਤਲ ਤੋਂ ਬਾਅਦ ਬੱਚਿਆਂ ਦੀ ਪਰਵਰਿਸ਼ ਲਈ, 2 ਵਕਤ ਦੀ ਰੋਟੀ ਲਈ ਦੁਪੱਟੇ ਵੇਚਣੇ ਪਏ, ਕਰਜ਼ਾ ਲਿਆ, ਜ਼ਿੰਦਗੀ ਵਿਰਾਨ ਹੋ ਚੁੱਕੀ ਹੈ। ਲੇਕਿਨ ਉਸਨੇ ਠਾਣ ਲਿਆ ਕਿ ਦੁਸ਼ਟਾਂ ਨੂੰ ਫਾਂਸੀ ਤੇ ਚੜਾ ਕੇ ਹੀ ਉਹ ਸਾਹ ਲਏਗੀ। ਉਹਨਾਂ ਆਖਿਆ ਕਿ ਇਹਨਾਂ ਕਾਤਲਾਂ ਨੇ ਮੇਰੀ ਹੱਸਦੀ ਵਸਦੀ ਦੁਨੀਆ ਉਜਾੜ ਦਿੱਤੀ। ਉਹ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਇਹ ਮੰਗ ਕਰੇਗੀ ਕਿ ਸੱਜਣ ਨੂੰ ਫਾਂਸੀ ਤੇ ਲਟਕਾਇਆ ਜਾਵੇ। ਉਹਨਾਂ ਆਖਿਆ ਕਿ ਮੇਰੇ ਪਤੀ ਅਤੇ ਬੇਟੇ ਨੂੰ ਅੱਖਾਂ ਦੇ ਸਾਹਮਣੇ ਮਰਦਿਆਂ ਦੇਖ ਕੇ ਉਹ ਅੰਦਰੋਂ ਕੰਬ ਉੱਠੀ ਸੀ। ਉਸ ਦੀਆਂ ਲਾਸ਼ਾਂ 3 ਦਿਨ ਘਰ ਵਿੱਚ ਪਈਆਂ ਰਹੀਆਂ, ਘਰ ਦੀਆਂ ਖਿੜਕੀਆਂ ਦਰਵਾਜ਼ੇ ਅਤੇ ਚਾਦਰਾਂ ਤੇ ਲਾਸ਼ਾਂ ਨੂੰ ਰੱਖ ਕੇ ਉਸ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ।
ਜਗਦੀਸ਼ ਕੌਰ ਨੇ ਦੱਸਿਆ ਕਿ ਉਹ ਕਤਲੇਆਮ ਤੋਂ ਬਾਅਦ ਦਸੰਬਰ 1984 ਨੂੰ ਅੰਮ੍ਰਿਤਸਰ ਆ ਗਈ। 3 ਮਹੀਨੇ ਤੱਕ ਦਰਬਾਰ ਸਾਹਿਬ ਵਿੱਚ ਰੁਕੀ, ਦਿੱਲੀ ਤੋਂ ਸੰਭਣ ਆਉਂਦੇ ਤਾਂ ਉੱਥੇ ਨਹੀਂ ਗਈ। ਉਹਨਾਂ ਆਖਿਆ ਕਿ ਮੈਨੂੰ ਡਰ ਸੀ ਕਿਤੇ ਦਿੱਲੀ ਜਾ ਕੇ ਮੈਨੂੰ ਨਾ ਮਾਰ ਦੇਣ। ਉਹਨਾਂ ਇਸ ਕੇਸ ਨੂੰ ਅੰਮ੍ਰਿਤਸਰ ਟ੍ਰਾਂਸਫਰ ਕਰਨ ਦੀ ਬੇਨਤੀ ਕੀਤੀ, ਲੇਕਿਨ ਪੁਲਿਸ ਨੇ ਇਸ ਤੋਂ ਨਾਂਹ ਕਰ ਦਿੱਤੀ ਸੀ। ਪ੍ਰਸਿੱਧ ਵਕੀਲ HS ਫੂਲਕਾ ਨੇ ਬਿਨਾਂ ਫੀਸ ਲੜੇ ਲਏ ਪੀੜਤਾਂ ਦਾ ਕੇਸ ਲੜਿਆ ਤੇ ਆਖਿਆ ਕਿ ਹੇਠਲੀ ਅਦਾਲਤ ਨੇ ਜਦੋਂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਤਾਂ ਪੀੜਤਾਂ ਨੇ ਇਨਸਾਫ ਦੀ ਆਸ ਛੱਡ ਦਿੱਤੀ ਸੀ, ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਸਜ਼ਾ ਦਵਾ ਕੇ ਹੀ ਦਮ ਲਿਆ। ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਦਿੱਲੀ ਵਿੱਚ ਰਾਜਕਾਰੀ ਆਮ ਆਦਮੀ ਪਾਰਟੀ BJP ਤੇ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਿਆ। ਉੱਥੇ ਕਾਂਗਰਸ ਨੇ ਫੈਸਲੇ ਤੇ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਖਿਆ ਕਿ ਆਖਿਰ ਆਜ਼ਾਦ ਭਾਰਤ ਵਿੱਚ ਸਭ ਤੋਂ ਭਿਆਨਕ ਸੰਪਰਦਾਇਕ ਹਿੰਸਾ ਵਿੱਚ ਪੀੜਤਾਂ ਨੂੰ ਇਨਸਾਫ ਮਿਲਿਆ। ਹਾਲਾਂਕਿ ਇਹਨਾਂ ਕਤਲਿਆਂ ਵਿੱਚ ਪਾਰਟੀ ਅਤੇ ਗਾਂਧੀ ਪਰਿਵਾਰ ਦੇ ਕਿਸੇ ਨਾਮ ਨੂੰ ਅਮਰਿੰਦਰ ਨੇ ਖਾਰਜ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਇਹਨਾਂ ਦੋਸ਼ਾਂ ਲਈ ਇਹ ਬੇਹੱਦ ਲੰਬਾ ਤੇ ਦਰਦਨਾਕ ਇੰਤਜ਼ਾਰ ਹੈ। ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਆਖਿਆ ਕਿ ਸੱਜਣ ਕੁਮਾਰ ਦੰਗਿਆਂ ਦੇ ਪ੍ਰਤੀਕ ਬਣੇ ਨੇ। ਅਕਾਲੀ ਨੇਤਾ ਤੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੈਸਲੇ ਤੇ ਭਰੋਸਾ ਪ੍ਰਗਟ ਕੀਤਾ। ਕਾਂਗਰਸ ਦੇ ਨੇਤਾ ਜਗਦੀਸ਼ ਟਾਈਟਲਰ ਦੇ ਖਿਲਾਫ਼ ਵੀ ਅਦਾਲਤਾਂ ਵਿੱਚ ਕਈ ਮੁਕੱਦਮੇ ਚੱਲ ਰਹੇ ਨੇ। ਪੁਲ ਬੰਕਸ਼ ਇਲਾਕੇ ਵਿੱਚ ਗੁਰਦੁਆਰਾ ਦੇ ਸਾਹਮਣੇ 3 ਸਿੱਖਾਂ ਦੇ ਕਤਲ ਕਰਨ ਦਾ ਮਾਮਲਾ ਇਹਨਾਂ ਵਿੱਚੋਂ ਸਹਿਬ ਤੋਂ ਅਹਿਮ ਹੈ। ਇਸ ਮਾਮਲੇ ਵਿੱਚ CBI ਨੇ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਲੇਕਿਨ ਪੀੜਤਾਂ ਦੇ ਵਿਰੋਧ ਤੋਂ ਬਾਅਦ ਟਾਈਟਲਰ ਦੇ ਖਿਲਾਫ਼ ਮੁਕੱਦਮਾ ਫਿਰ ਸ਼ੁਰੂ ਹੋਇਆ। ਗੁਰਦੁਆਰਾ ਦੇ 1984 ਦੇ ਸਕੱਤਰੇ ਬੇਦੀ ਜੋੜੇ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਨਵੇਂ ਗਵਾਹ ਦੇ ਰੂਪ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ। ਇਸ ਤੋਂ ਬਾਅਦ ਵਿਵਾਦਿਤ ਹਥਿਆਰਾਂ ਦੇ ਸੌਦਾਗਰ ਅਭਿਸ਼ੇਕ ਵਰਮਾ ਨੇ ਅਦਾਲਤ ਵਿੱਚ ਆਪਣਾ ਲਾਈ ਡਿਟੈਕਟਰ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਲਗਭਗ 1 ਸਾਲ ਬਾਅਦ ਵਰਮਾ ਦਾ ਲਾਈ ਡਿਟੈਕਟਰ ਟੈਸਟ ਹਾਲ ਵਿੱਚ ਹੋਇਆ। ਸਭ ਤੋਂ ਮਹੱਤਵਪੂਰਨ ਸਵਾਲ ਗੁਰਦੁਆਰਾ ਦੇ ਗ੍ਰੰਥੀ ਰਹੇ ਸੁਰਿੰਦਰ ਸਿੰਘ ਦੇ ਬੇਟੇ ਨੂੰ ਕੈਨੇਡਾ ਭੇਜਣ ਦਾ ਸੀ, ਸੋ ਟਾਈਟਲਰ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ। ਸੱਜਣ ਕੁਮਾਰ ਨੂੰ ਸਲਾਖਾਂ ਤੱਕ ਪਹੁੰਚਾਉਣ ਵਾਲੇ ਮੁੱਖ ਗਵਾਹ ਵਿੱਚ ਜਗਸ਼ੇਰ ਸਿੰਘ ਸ਼ਾਮਲ ਹੈ। ਜਗਸ਼ੇਰ ਸਿੰਘ ਨੇ ਆਖਿਆ ਕਿ ਆਪਣੀਆਂ ਅੱਖਾਂ ਸਾਹਮਣੇ 3 ਸਕੇ ਭਰਾਵਾਂ ਨੂੰ ਮਰਦਿਆਂ ਹੋਇਆਂ ਦੇਖਿਆ। ਫੈਸਲਾ ਆਉਣ ਤੋਂ ਥੋੜ੍ਹੀ ਰਾਹਤ ਮਿਲੀ ਹੈ। ਕਾਂਗਰਸ ਨੇ ਕਾਤਲਾਂ ਨੂੰ 9 ਸਾਲ ਤੱਕ ਬਚਾ ਕੇ ਰੱਖਿਆ ਤੇ ਪਨਾਹ ਦਿੱਤੀ। ਉਹਨਾਂ ਆਖਿਆ ਕਿ ਫੈਸਲੇ ਤੋਂ ਇੱਕ ਗੱਲ ਸਾਫ਼ ਹੈ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ, ਕਿਉਂਕਿ ਆਪਣੇ ਗੁਨਾਹਾਂ ਦੀ ਸਜ਼ਾ ਸਭ ਨੂੰ ਇੱਥੇ ਭੁਗਤ ਕੇ ਜਾਣੀ ਪੈਣੀ ਹੈ। ਜਸਟਿਸ ਐਸ ਮੁਰਲੀਧਰ ਅਤੇ ਵਿਨੋਦ ਗੋਇਲ ਨੇ ਜਦੋਂ ਫੈਸਲਾ ਸੁਣਾਇਆ ਤਾਂ ਪੀੜਤਾਂ ਦੇ ਮੁਕੱਦਮਾ ਲੜ ਰਹੇ HS ਫੂਲਕਾ ਅਤੇ ਹੋਰ ਵਕੀਲ ਰੋ ਪਏ। ਫੈਸਲੇ ਤੋਂ ਬਾਅਦ ਬਾਹਰ ਆ ਕੇ ਉਹਨਾਂ ਆਖਿਆ ਕਿ ਇਹ 3 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਮਿਲੇ ਇਨਸਾਫ਼ ਦੀ ਖੁਸ਼ੀ ਵਿੱਚ ਉਹਨਾਂ ਦੇ ਹੰਝੂ ਆਏ ਨੇ। ਹੇਠਲੀ ਅਦਾਲਤ ਨੇ ਜਦੋਂ ਸੱਜਣ ਕੁਮਾਰ ਨੂੰ ਬਰੀ ਕੀਤਾ ਸੀ ਤਾਂ ਪੀੜਤਾਂ ਨੇ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ। 1984 ਸਿੱਖ ਕਤਲੇਆਮ ਮਾਮਲੇ ਵਿੱਚ ਇਨਸਾਫ਼ ਦੀ ਆਸ ਲਾਈ ਪੀੜਤਾਂ ਨੂੰ ਰਾਹਤ ਮਿਲੀ ਹੈ। 20 ਨਵੰਬਰ ਤੋਂ ਹੁਣ ਤੱਕ ਅਦਾਲਤ ਨੇ 3 ਵੱਡੇ ਮਾਮਲਿਆਂ 'ਤੇ ਸਜ਼ਾ ਸੁਣਾਈ ਹੈ। ਤਰਲੋਕਪੁਰੀ ਵਿੱਚ 95 ਸਿੱਖਾਂ ਦੇ ਕਤਲ ਮਾਮਲੇ ਵਿੱਚ ਹਾਈਕੋਰਟ ਨੇ 85 ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੀ। ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਸੱਜਣ ਕੁਮਾਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ। ਕਤਲੇਆਮ ਵਿੱਚ ਸ਼ਾਮਲ ਰਹਿਣ ਦੇ ਦੋਸ਼ੀ ਕਾਂਗਰਸ ਨੇਤਾ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਵੀ ਵਿਰੋਧ ਦਾ ਪ੍ਰਗਟਾਵਾ ਕੀਤਾ। ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਅਦਾਲਤ ਨੇ ਮੌਜੂਦਾ ਮਾਮਲੇ ਨੂੰ ਮਾਨਵਤਾ ਦੇ ਖਿਲਾਫ਼ ਅਪਰਾਧ ਦੱਸਦਿਆਂ ਆਖਿਆ ਕਿ 1 ਤੋਂ 4 ਨਵੰਬਰ 1984 ਵਿਚਕਾਰ ਦਿੱਲੀ ਵਿਖੇ 2,733 ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ 3,350 ਸਿੱਖਾਂ ਨੂੰ ਵੱਡੇ ਪੈਮਾਨੇ 'ਤੇ ਕਤਲ ਕਰਕੇ ਇਸ ਦੀ ਯੋਜਨਾ ਪੋਲੀਟੀਕਲ ਆਗੂਆਂ ਨੇ ਤਿਆਰ ਕੀਤੀ ਸੀ। ਇਸ ਵਿੱਚ ਉਹਨਾਂ ਲਾਅ ਇਨਫੋਰਸਮੈਂਟ ਏਜੰਸੀ ਦੀ ਮਦਦ ਮਿਲੀ। ਇਹ ਅਪਰਾਧ ਇਨਸਾਨੀਅਤ ਦੇ ਖਿਲਾਫ਼ ਸੀ। ਉਹਨਾਂ ਆਖਿਆ ਕਿ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਜਨ ਸੰਧਾਰਨ ਦੇ ਖਿਲਾਫ਼ ਅਪਰਾਧਾਂ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਅਤੇ ਅਲੱਗ ਤਰ੍ਹਾਂ ਨਾਲ ਨਿਪਟੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਹਾਈਕੋਰਟ ਨੇ ਆਖਿਆ ਕਿ ਮਾਸ ਕ੍ਰਾਈਮ ਲਈ ਜ਼ਿੰਮੇਦਾਰ ਅਪਰਾਧੀਆਂ ਨੇ ਰਾਜਨੀਤਿਕ ਸਰਪ੍ਰਸਤੀ ਦਾ ਫਾਇਦਾ ਲਿਆ ਅਤੇ ਸਜ਼ਾ ਤੋਂ ਬਚਦੇ ਰਹੇ। ਉਹਨਾਂ ਆਖਿਆ ਕਿ ਸਾਡੇ ਕਾਨੂੰਨੀ ਸਿਸਟਮ ਵਿੱਚ ਐਸੇ ਅਪਰਾਧੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਉਣਾ ਵੱਡੀ ਚੁਣੌਤੀ ਹੈ। ਉਹਨਾਂ ਨੂੰ ਅਪਰਾਧੀ ਠਹਿਰਾਉਂਦਿਆਂ ਦਹਾਕੇ ਬੀਤ ਜਾਂਦੇ ਆ, ਇਸ ਲਈ ਕਾਨੂੰਨੀ ਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਅਦਾਲਤ ਨੇ ਆਖਿਆ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਨਾ ਤਾਂ ਮਾਸ ਕ੍ਰਾਈਮ ਦੀ ਪਹਿਲੀ ਉਦਾਹਰਣ ਹੈ ਅਤੇ ਨਾ ਆਖਰੀ। 1947 ਦੇ ਬਟਵਾਰੇ ਦੌਰਾਨ ਦਿੱਲੀ, ਪੰਜਾਬ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵੱਡੇ ਪੈਮਾਨੇ 'ਤੇ ਹੋਏ ਕਤਲ ਉਨੇ ਦੁਖਦ ਨੇ ਜਿੰਨੇ 1984 ਵਿੱਚ ਬੇਕਸੂਰ ਸਿੱਖਾਂ ਦਾ ਕਤਲ। ਉਹਨਾਂ ਆਖਿਆ ਕਿ ਇਸ ਤੋਂ ਬਾਅਦ ਸਾਲ 1993 ਵਿੱਚ ਮੁੰਬਈ ਵਿਖੇ, 2002 ਵਿੱਚ ਗੁਜਰਾਤ ਵਿਖੇ, 2009 ਵਿੱਚ ਕੰਧਮਾਲ ਉੜੀਸਾ ਅਤੇ 2013 ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇਸੇ ਤਰ੍ਹਾਂ ਦਾ ਕਤਲੇਆਮ ਹੋਇਆ ਸੀ। ਪੰਜਾਬ ਡਾਇਰੀ ਹੁਣ ਫੇਸਬੁੱਕ 'ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਕੀ ਵਾਪਰਿਆ, ਕੀ ਹੋਣ ਵਾਲਾ ਹੈ, ਸਿਆਸੀ ਪੀੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ।
ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਮੋਤਵਾਜੀ ਜਹਿਦਰ ਧਿਆਨ ਸਿੰਘ ਮੰਨ ਨੇ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਸੰਬੰਧੀ 20 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਰੱਖੀ ਗਈ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ 10 ਜਨਵਰੀ ਨੂੰ ਹੁਣ ਮੀਟਿੰਗ ਰੱਖੀ ਜਾਏਗੀ। ਇਹ ਮੀਟਿੰਗ ਮੁਲਤਵੀ ਕਰਨ ਦਾ ਕਾਰਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਹੋਣਾ ਦੱਸਿਆ ਹੈ। ਬਲਜੀਤ ਸਿੰਘ ਦਾਦੂਵਾਲ ਨੂੰ ਮਨਾਉਣ ਵਿੱਚ ਮੰਡ ਦੇ ਸਾਥੀ ਕਾਮਯਾਬ ਨਹੀਂ ਹੋ ਸਕੇ। ਦਾਦੂਵਾਲ ਨੇ ਸਪਸ਼ਟ ਕੀਤਾ ਕਿ ਉਹ ਬਰਗਾੜੀ ਮੀਟਿੰਗ ਵਿੱਚ ਅੱਜ ਜਾਣਗੇ ਪਰ ਫਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਣਗੇ। ਪੰਥਕ ਆਗੂ ਬੂਟਾ ਸਿੰਘ ਰਣਸੀ ਨੇ ਅੱਜ ਬਰਗਾੜੀ ਵਿਖੇ ਸਿੱਖ ਸੰਗਤ ਦੀ ਮੀਟਿੰਗ ਸੱਦੀ ਹੈ। ਮੋਰਚੇ ਨੂੰ ਬਿਨਾਂ ਕਿਸੇ ਨਾਲ ਰਾਏ ਮਸ਼ਵਰਾ ਕਰਕੇ ਸਮਾਪਤ ਕਰਨ ਤੇ ਦਾਦੂਵਾਲ ਨੇ ਮੋਰਚੇ ਦੇ ਆਗੂ ਧਿਆਨ ਸਿੰਘ ਮੰਨ ਦੀ ਆਲੋਚਨਾ ਕਰਦਿਆਂ ਇਸ ਨੂੰ ਜਲਦਬਾਜ਼ ਵਿੱਚ ਕਰਾਰ ਦਿੱਤਾ ਸੀ। ਸਫਲਤਾ ਵੱਲ ਜਾ ਰਹੇ ਬਰਗਾੜੀ ਮੋਰਚੇ ਨੂੰ ਇਕਦਮ ਸਮਾਪਤ ਕਰਨ ਮਗਰੋਂ ਪੰਥਕ ਆਗੂਆਂ ਵਿੱਚ ਤਿੱਖੇ ਮਤਭੇਦ ਉੱਭਰ ਕੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਮੋਰਚਾ ਪੂਰੀ ਤਰ੍ਹਾਂ ਦੋ ਫਾੜ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਬਰਗਾੜੀ ਮੋਰਚਾ ਪੂਰੀ ਤਰ੍ਹਾਂ ਸਫਲ ਹੋਇਆ ਤੇ ਪੰਜਾਬ ਸਰਕਾਰ ਨੇ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਬਰਗਾੜੀ ਮੋਰਚਾ ਸਦਕਾ ਉਹਨਾਂ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸਮੇਤ ਸੈਣੀ ਤੋਂ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਕੀਤੀ ਹੈ ਤੇ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਇਹਨਾਂ ਨੂੰ ਪੁੱਛਗਿੱਛ ਦੇ ਦਾਇਰੇ ਵਿੱਚ ਲਿਆਉਣ ਤੋਂ ਜਰਕਦੀ ਸੀ। ਮਾਨ ਨੇ ਆਖਿਆ ਕਿ ਮੋਰਚੇ ਨੂੰ ਇਸ ਲਈ ਲੰਬਾ ਲੈ ਕੇ ਜਾਣਾ ਪਿਆ ਕਿਉਂਕਿ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਵਾਲਾ ਮਸਲਾ ਹੱਲ ਨਹੀਂ ਸੀ ਹੋਇਆ। ਉਨ੍ਹਾਂ ਆਖਿਆ ਕਿ ਭਾਈ ਅਮਰੀਕ ਸਿੰਘ ਜਨਾਲਾ ਦਲੀਲ ਨਾਲ ਦੱਸਣ ਕਿ ਮੋਰਚਾ ਕਿਹੜੇ ਪੱਖ ਤੋਂ ਅਸਫਲ ਹੋਇਆ ਤੇ ਨਵੇਂ ਬਣੇ ਅਕਾਲੀ ਦਲ ਟਕਸਾਲੀ ਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਬਰਗਾੜੀ ਮੋਰਚੇ ਦੀ ਕਾਮਯਾਬੀ ਕਾਰਨ ਅਕਾਲੀ ਦਲ ਦਾ ਵਜੂਦ ਖਤਮ ਹੋ ਗਿਆ, ਹੁਣ ਇਸ ਦਲ ਦੇ ਕਈ ਟੋਟੇ ਹੋਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੰਗਤ ਮਿਲ ਕੇ 28 ਦਸੰਬਰ ਨੂੰ ਸਵੇਰੇ 10 ਵਜੇ ਘੱਟੋ ਘੱਟ 10 ਮਿੰਟ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨ। ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਨਾਲ ਪੰਚਾਂ ਸਰਪੰਚਾਂ ਦੀ ਚੋਣ ਕਰਕੇ ਨਸ਼ੇ ਨਾ ਵੰਡੇ ਜਾਣ ਤੇ ਝਗੜਿਆਂ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਖਿਆ ਕਿ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ ਇੱਕ ਦੂਜੇ ਖਿਲਾਫ਼ ਦੂਸ਼ਣਬਾਜ਼ੀ ਅਤੇ ਨਿੱਜੀ ਤੋਹਮਤਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ ਤੇ ਸ਼ਹੀਦੀ ਸਮਾਗਮ ਸਾਦਗੀ ਨਾਲ ਮਨਾਏ ਜਾਣ। ਦਸੰਬਰ ਦਾ ਇਹ 15ਵਾੜਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਹੁੰਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।